26 ਤਰੀਕ ਦੇ ਇਨਸੀਡੈਂਟ ਤੋਂ ਬਾਅਦ ਦੋ ਦਿਨ ਬੱਦਲ ਛਾਏ ਰਹੇ ਸਾਜ਼ਿਸ਼ਾਂ ਦੇ, ਕੇਂਦਰ ਦੀਆਂ ਚਾਲਾਂ ਦੇ। ਉਹ ਬੱਦਲ ਸਾਫ਼ ਹੋ ਗਿਆ, ਕੰਮ ਅੰਦੋਲਨ ਉਹਦੇ ਨਾਲੋਂ ਡਬਲ ਤਾਕਤ ਦੇ ਵਿੱਚ। ਕਾਰਨ ਜਿਹੜਾ ਹੈ ਉੱਥੇ ਜੋ ਕਿਸਾਨਾਂ ਦੇ ਰਸਤੇ ਦੇ ਵਿੱਚ ਸੀਗਾ, ਦਿੱਲੀ ਰਸਤੇ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਕਰ ਦਿੱਤੀਆਂ, ਵੱਡੇ ਵੱਡੇ ਬੈਰੀਅਰ ਗੇਟ ਖੜੇ ਕਰ ਦਿੱਤੇ। ਤੁਹਾਨੂੰ ਲੱਗਦਾ ਅੰਦੋਲਨ ਕਿਤੇ ਨਾ ਕਿਤੇ ਰੁਕ ਜੂਗਾ? ਕੇਂਦਰ ਸਰਕਾਰ ਹਾਰੀ ਹੋਈ ਲੜਾਈ ਲੜ ਰਹੀ ਹੈ। ਤੁਸੀਂ ਬੰਕਰ ਬਣਾ ਦਿਓ, ਸੜਕਾਂ ਪਟ-ਪਟ, ਸੂਏ ਲਾ ਦਿਓ, ਤੁਸੀਂ ਨੈੱਟ ਬੰਦ ਕਰ ਦਿਓ। ਇਹ ਐਦਾਂ ਹੀ ਲੱਗ ਰਿਹਾ ਵੀ ਕੋਈ ਦੁਸ਼ਮਣ ਦੇਸ਼ ਦੀ ਫੌਜ ਦਾ ਟਾਕਰਾ ਕਰਨ ਲਈ ਘੇਰਾਬੰਦੀ ਹੋ। 32 ਕਿਲੋਮੀਟਰ ਦਾ ਰੂਟ ਜਿਹੜਾ ਸੀ ਉਹ ਅੰਦੋਲਨਕਾਰੀਆਂ ਨੂੰ ਲਾਲ ਕਿਲੇ ਲੈ ਕੇ ਗਿਆ। ਕਿੱਥੇ ਆ ਪੁਲਿਸ ਫੋਰਸ, ਲਾਅ ਐਂਡ ਆਰਡਰ? ਇਹ FIR ਕਿਸਾਨਾਂ 'ਤੇ ਨਹੀਂ, ਇਹ ਗ੍ਰਿਫਤਾਰੀ ਕਿਸਾਨਾਂ ਦੀ ਨਹੀਂ ਹੋਣੀ ਚਾਹੀਦੀ ਸੀ। FIR 'ਤੇ ਗ੍ਰਿਫਤਾਰੀ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਚਾਹੀਦੀ। ਦਿੱਲੀ ਚਲੋ ਦਾ ਹੋਕਾ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ। ਸਭ ਤੋਂ ਪਹਿਲਾਂ ਪ੍ਰਧਾਨ ਜੀ, ਸਕਾਈ ਨਿਊਜ਼ ਪੰਜਾਬ ਤੁਹਾਡਾ ਸਵਾਗਤ ਹੈ। ਸ਼ੁਕਰੀਆ ਦੋਸਤ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋ, ਕੀ ਹੋਕਾ ਦੇਣ ਵਾਸਤੇ ਆਏ? ਦਿੱਲੀ ਚਲੋ ਮੋਰਚੇ ਵੱਲੋਂ ਜੀ, ਪਹਿਲਾਂ ਜਥਾ ਫਤਿਹਗੜ੍ਹ ਸਾਹਿਬ ਤੋਂ, ਦੂਸਰਾ ਦਿਨ ਲੁਧਿਆਣੇ ਤੋਂ ਬਹੁਤ ਵੱਡਾ ਕਾਫਲਾ, ਤੀਸਰਾ ਫਗਵਾੜੇ ਤੋਂ, ਚੌਥਾ ਅੰਮ੍ਰਿਤਸਰ ਮਾਝੇ ਦੀ ਧਰਤੀ ਤੋਂ। ਐਂਡ ਸਾਰੇ ਲੋਕਾਂ ਨੂੰ ਅਪੀਲ ਕਿ ਜਿਹੜਾ ਇਹ ਮਿੱਟੀ ਮਾਂ ਆ, ਦੇਸ਼ ਸਾਡਾ ਬਾਪ ਆ, ਜਿਹੜਾ ਆਪਣੇ ਮਾਂ ਬਾਪ ਦਾ ਅੰਦੋਲਨ 'ਚ ਜ਼ਰੂਰ ਜਾ ਕੇ ਆਵੇ। ਜਿਹੜਾ ਆਪਣੇ ਮਾਂ ਦਾ ਤੇ ਆਪਣੇ ਬਾਪ ਦਾ ਅੰਦੋਲਨ ਜ਼ਰੂਰ ਜਾਵੇ। ਇਤਿਹਾਸਕ ਅੰਦੋਲਨ ਹੁਣ ਜਨ ਅੰਦੋਲਨ ਨਹੀਂ, ਇੱਕ ਬਹੁਤ ਵੱਡਾ ਤੀਰਥ ਬਣ ਚੁੱਕਿਆ। ਇਸ ਤੀਰਥ ਨੂੰ ਮਿਸ ਨਾ ਕਰਿਓ, ਲਾਜ਼ਮੀ ਜਾ ਕੇ ਉਹ ਦਿਹਾੜੀ ਲਾਓ, 2 ਦਿਨ ਲਾਓ, 4 ਦਿਨ ਲਾਓ, ਤੁਹਾਡੇ ਤੇ। ਪਰ ਅੰਦੋਲਨ 'ਚ ਯੋਗਦਾਨ ਹਿੱਸਾ ਜ਼ਰੂਰ ਪਾ ਕੇ ਆਓ। ਸਭ 26 ਤਰੀਕ ਤੋਂ ਲੱਗਦਾ ਅੰਦੋਲਨ ਕਿਸੇ ਪਾਸੇ ਬਿਖਰ ਗਿਆ ਕਿ ਜਾਂ ਉਸੇ ਤਰ੍ਹਾਂ ਹੀ ਆ? ਉਦੋਂ ਮਜ਼ਬੂਤ ਹੋ ਗਿਆ। 2 ਦਿਨ 26 ਤਰੀਕ ਦੇ ਇਨਸੀਡੈਂਟ ਤੋਂ ਬਾਅਦ 2 ਦਿਨ ਬੱਦਲ ਛਾਏ ਰਹੇ ਸਾਜ਼ਿਸ਼ਾਂ ਦੇ, ਕੇਂਦਰ ਦੀਆਂ ਚਾਲਾਂ ਦੇ। ਉਹ ਬੱਦਲ ਸਾਫ਼ ਹੋ ਗਿਆ, ਕੰਮ ਅੰਦੋਲਨ ਉਹਦੇ ਨਾਲੋਂ ਡਬਲ ਤਾਕਤ ਦੇ ਵਿੱਚ ਆ। ਲੋਕਾਂ ਨੂੰ ਸਮਝ ਆ ਗਈ ਕਿ ਇਹ ਸਾਜ਼ਿਸ਼ ਸੀਗੀ ਕੇਂਦਰ ਦੀ। ਉਸ ਸਾਜ਼ਿਸ਼ ਨੂੰ ਸਭ ਤੋਂ ਪਹਿਲਾਂ ਧੋਇਆ ਟਕੈਤ ਸਾਹਿਬ ਨੇ। ਉਹਨਾਂ ਦੀ ਦਲੇਰੀ ਨੂੰ ਸਲਾਮ ਆ, ਉਹਨਾਂ ਦੇ ਜਜ਼ਬੇ ਨੂੰ ਸਲਾਮ। ਤੇ ਤੁਸੀਂ ਟਕੈਤ ਸਾਹਿਬ ਵਾਸਤੇ ਸੋਨੇ ਦੀ ਕਹੀ ਲੈ ਕੇ ਜਾ ਰਹੇ ਸੀਗੇ? ਉਹ ਸਮੂਹ ਪੰਜਾਬੀਆਂ ਵੱਲੋਂ ਉਹਨਾਂ ਨੂੰ ਸੋਨੇ ਦੀ ਕਹੀ ਭੇਟ ਕਰਕੇ ਅਸੀਂ ਸਮੂਹ ਪੰਜਾਬੀਆਂ ਵੱਲੋਂ ਇੱਕ ਮਾਣ ਮਹਿਸੂਸ ਕਰਾਂਗੇ ਵੀ ਐਸਾ ਯੋਧਾ ਜਿਹਨੇ ਮੋਦੀ ਦੀ, ਕੇਂਦਰ ਸਰਕਾਰ ਦੀ ਇਹ ਸਾਜ਼ਿਸ਼ ਵੀ ਪੰਜਾਬ ਤੋਂ ਆਏ ਹੋਏ ਪੰਜਾਬੀ ਅੱਤਵਾਦੀ ਆ, ਉਹ ਧੋ ਦਿੱਤੀ। ਕੱਲ ਆਲ ਪਾਰਟੀ ਦੀ ਮੀਟਿੰਗ 'ਚ ਸ਼ਾਮਲ ਹੋਏ, ਕੀ ਗੱਲਬਾਤ ਹੋਈ ਉਹਦੇ ਵਿੱਚ? ਦੇਖੋ, ਆਲ ਪਾਰਟੀ ਦੇ ਵਿੱਚ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਹੁਤ ਵੱਡੀਆਂ ਪ੍ਰਾਪਤੀਆਂ ਨਹੀਂ, ਪਰ ਕੁਝ ਪ੍ਰਾਪਤ ਤਾਂ ਹੈਗਾ। ਇੱਕ ਗੱਲ ਦੇ ਉੱਤੇ ਸਾਰੇ ਵੀ ਅਸੀਂ ਅੰਦੋਲਨ ਲਈ ਸਮਰਪਿਤ ਹਾਂ, ਉਹਨੂੰ ਤਾਕਤਵਰ ਕਰਨ ਵਾਸਤੇ ਜ਼ੋਰ ਲਾਓ। ਮੈਂ ਸੁਝਾਅ ਦਿੱਤਾ ਸੀ ਵੀ ਤੁਸੀਂ ਸੀਜ਼ਫਾਇਰ ਕਰੋ। ਪੰਜਾਬ ਦੀ ਰਾਜਸੀ ਜਮਾਤ ਇੱਕ ਦੂਜੇ ਦੇ ਵਿਰੁੱਧ TV ਚੈਨਲਾਂ ਦੀ TRP ਵਧਾਉਣ ਲਈ ਡਿਬੇਟ ਦੇ ਵਿੱਚ ਕੁੱਕੜਾਂ ਨੂੰ ਲੜਨਾ ਨਹੀਂਗਾ। ਇੱਕੋ ਗੱਲ ਲਈ ਅਸੀਂ ਫੋਕਸ, ਮੱਛੀ ਨਹੀਂ, ਮੱਛੀ ਦੀ ਅੱਖ ਦਾ ਨਿਸ਼ਾਨਾ ਕਿ ਇਹ ਕਾਲੇ ਕਾਨੂੰਨ ਰੱਦ ਕਰਾਉਣ ਲਈ ਅਸੀਂ ਕਿਹੜੀ ਤਾਕਤ। ਪਿਛੋਕੜ ਦੇ ਵਿੱਚ ਕਿਸੇ ਨੇ ਕੀ ਕੀਤਾ, ਬਾਦਲਾਂ ਨੇ ਕੀ ਕੀਤਾ, ਆਪ ਨੇ ਕੀ ਕੀਤਾ, ਕਾਂਗਰਸ ਨੇ ਕੀ ਕੀਤਾ, ਮੈਂ ਕੀ ਕੀਤਾ, ਛੱਡ ਦਿਓ। ਹੁਣ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਖੜੀਆਂ ਰਾਜਸੀ ਧਿਰਾਂ, ਉਹ ਇੱਕ ਸੁਰ ਹੋ ਜਾਣ ਵੀ ਅਸੀਂ ਇਹਨੂੰ ਰੱਦ ਕਰਾਉਣ ਲਈ ਅੰਦੋਲਨ ਨੂੰ ਤਕੜਿਆਂ ਕਿੱਦਾਂ ਕਰਨਾ। ਇਹ ਭਾਵਨਾ ਸੀਗੀ। ਕੋਈ ਨਹੀਂ, ਅਗਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਜਿਹੜਾ ਆ ਉੱਥੇ ਜੋ ਕਿਸਾਨਾਂ ਦੇ ਰਸਤੇ ਦੇ ਵਿੱਚ ਸੀਗਾ, ਦਿੱਲੀ ਰਸਤੇ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਕਰ ਦਿੱਤੀਆਂ, ਵੱਡੇ ਵੱਡੇ ਬੈਰੀਅਰ ਗੇਟ ਖੜੇ ਕਰ ਦਿੱਤੇ। ਤੁਹਾਨੂੰ ਲੱਗਦਾ ਅੰਦੋਲਨ ਕਿਤੇ ਨਾ ਕਿਤੇ ਰੁਕ ਜੂਗਾ? ਇਹ ਰੁਕਣ ਵਾਲਾ ਨਹੀਂ ਹੈਗਾ। ਇਹ ਕੇਂਦਰ ਸਰਕਾਰ ਦਾ ਵਹਿਮ ਹੈ, ਬੁਖਲਾਹਟ ਹੈਗੀ ਆ। ਕੇਂਦਰ ਸਰਕਾਰ ਹਾਰੀ ਹੋਈ ਲੜਾਈ ਲੜ ਰਹੀ ਹੈ। ਇਉਂ ਮਹਿਸੂਸ ਹੁੰਦਾ ਜਿੱਦਾਂ ਚੀਨ ਜਾਂ ਪਾਕਿਸਤਾਨ ਨੇ ਆਪਣੇ ਤੇ ਅਟੈਕ ਕਰਨਾ ਹੁੰਦਾ, ਆਪਣੀ ਰਾਜਧਾਨੀ ਤੇ। ਤੁਸੀਂ ਬੰਕਰ ਬਣਾ ਦਿਓ, ਸੜਕਾਂ ਪਟ-ਪਟ, ਸੂਏ ਲਾ ਦਿਓ, ਤੁਸੀਂ ਨੈੱਟ ਬੰਦ ਕਰ ਦਿਓ। ਇਹ ਐਦਾਂ ਹੀ ਲੱਗ ਰਿਹਾ ਵੀ ਕੋਈ ਦੁਸ਼ਮਣ ਦੇਸ਼ ਦੀ ਫੌਜ ਦਾ ਟਾਕਰਾ ਕਰਨ ਲਈ ਘੇਰਾਬੰਦੀ ਹੋ ਰਹੀ ਹੈ। ਇਹ ਸਾਡੇ ਲੋਕਤੰਤਰ ਦਾ ਸਿਰ ਨੀਵਾਂ ਹੋ ਰਿਹਾ ਦੁਨੀਆ ਦੇ ਅੰਦਰ। ਮੋਦੀ ਸਰਕਾਰ ਗੁਰੇਜ਼ ਕਰੇ, ਇਹ ਕਾਨੂੰਨ ਤੁਰੰਤ ਡ੍ਰੌਪ ਵਾਪਸ ਲੈ ਲਵੇ, ਇਹਦੇ 'ਚ ਭਲਾਈ ਹੈ। 26 ਤੋਂ ਬਾਅਦ ਕਾਫੀ ਨੌਜਵਾਨ ਜਿਹੜੇ ਕਿਸਾਨ ਉੱਥੇ ਗੁੰਮ ਨੇ, ਕੀ ਕਹਿਣਾ ਚਾਹੋਗੇ ਤੁਸੀਂ? FIR ਯੂਆਪਾ ਦੇ ਤਹਿਤ, NIA ਦੇ ਨੋਟਿਸ, ਅਣਮਨੁੱਖੀ ਤਸ਼ੱਦਦ, ਗ੍ਰਿਫਤਾਰੀਆਂ, ਇਹ ਲੋਕਤੰਤਰ ਪ੍ਰਕਿਰਿਆ ਦਾ ਹਿੱਸਾ ਨਹੀਂ ਹੈਗਾ, ਗਲਤ ਆ। ਇਹ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈਗਾ। ਸਰਕਾਰ ਬੁਰੀ ਤਰ੍ਹਾਂ ਬੁਖਲਾਹਟ ਦੇ ਵਿੱਚ ਹੈ। ਜੇ FIR ਦੇਣੀ ਸੀ, ਸਭ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਉੱਤੇ FIR ਹੋਣਾ ਚਾਹੀਦਾ ਸੀ। ਉਹ ਆਪਣੀ ਡਿਊਟੀ ਕਰਨ ਦੇ ਵਿੱਚ ਨਾਕਾਮ, ਫੇਲ ਹੋ ਗਏ। 32 ਕਿਲੋਮੀਟਰ ਦਾ ਰੂਟ ਜਿਹੜਾ ਸੀ ਉਹ ਅੰਦੋਲਨਕਾਰੀਆਂ ਨੂੰ ਲਾਲ ਕਿਲੇ ਲੈ ਕੇ ਗਿਆ। ਕਿੱਥੇ ਆ ਪੁਲਿਸ ਫੋਰਸ, ਲਾਅ ਐਂਡ ਆਰਡਰ? ਇਹ FIR ਕਿਸਾਨਾਂ 'ਤੇ ਨਹੀਂ, ਇਹ ਗ੍ਰਿਫਤਾਰੀ ਕਿਸਾਨਾਂ ਦੀ ਨਹੀਂ ਹੋਣੀ ਚਾਹੀਦੀ ਸੀ। FIR 'ਤੇ ਗ੍ਰਿਫਤਾਰੀ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਚਾਹੀਦੀ ਹੈ। 26 ਤਰੀਕ ਦੇ ਜੋ ਵੀ ਹੋਇਆ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਦੀਪ ਸਿੱਧੂ ਤੇ ਸੁੱਟਿਆ ਜਾ ਕੇ ਜੋ ਕੀਤਾ ਦੀਪ ਸਿੱਧੂ ਨੇ ਕੀਤਾ। ਤੋਂ ਮੈਂ ਦੀਪ ਸਿੱਧੂ, ਲੱਖਾ ਸਿਧਾਣਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰ ਨੂੰ ਅਪੀਲ ਕਰੂੰਗਾ ਆਪਸ ਦੇ ਵਿੱਚ ਲੜਾਈ ਬੰਦ ਕਰ ਦਿਓ, ਬਿਆਨਬਾਜ਼ੀ ਬੰਦ ਕਰ ਦਿਓ ਪਲੀਜ਼। ਐਂਡ ਜਿੰਨੇ ਅੰਦੋਲਨ 'ਚ ਬੈਠੇ ਲੋਕ ਆ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਪਾਉਂਦੇ ਉਹਨਾਂ ਨੂੰ ਵੀ ਰਿਕੁਐਸਟ ਹੈਗੀ ਹੈ ਵੀ ਨਾ ਬੋਲੋ ਯਾਰ, ਫਿਰ ਤਾਂ ਆਪਾਂ ਕੇਂਦਰ ਦੀ ਸਾਜ਼ਿਸ਼ ਦਾ ਹਿੱਸਾ ਬਣ ਗਏ। ਉਹ ਚਾਹੁੰਦਾ ਵੀ ਆਪਸ 'ਚ ਲੜ ਕੇ ਆਪਣੀ ਸ਼ਕਤੀ ਇੱਥੇ ਹੀ ਵੇਸਟ ਕਰ ਲੈਣ। ਅੱਜ ਸਾਡੀ એનર્ਜੀ, ਸਾਡੀ ਪਾਵਰ, ਸਾਡੀ ਤਾਕਤ ਅੰਦੋਲਨ ਨੂੰ ਤਾਕਤਵਰ ਕਰਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਕੇਂਦਰ 'ਚ ਚਾਹੀਦੀ ਹੈ। ਸੋ ਮੇਰੀਆਂ ਬੇਨਤੀਆਂ, ਅਪੀਲ ਹੈਗੀ ਆ ਤਿੰਨੋਂ ਧਿਰਾਂ ਨੂੰ, ਕਿਰਪਾ ਕਰਕੇ ਨਾ ਬੋਲੋ। ਸੱਚਾਈ ਕੀ ਆ, ਅੰਦੋਲਨ ਕਾਲੇ ਕਾਨੂੰਨ ਰੱਦ ਹੋ ਲੈਣ ਦੇ, ਅੰਦੋਲਨ ਸਫਲ ਹੋ ਜਾਵੇ, ਸੱਚਾਈ ਸਾਰੀ ਸਾਹਮਣੇ ਆ ਜਾਣੀ। ਆਪਸੀ ਕਿਹੜਾ ਲੜਾਈਆਂ ਇਹ ਫੇਰ ਕਰਦੇ ਰਵਾਂਗੇ। ਮੈਂ ਸਾਹਿਬ ਜਦੋਂ ਤੁਸੀਂ ਉੱਥੇ ਜਾਂਦੇ ਹੋ ਅੰਦੋਲਨ ਦੇ ਵਿੱਚ ਲੋਕ ਕਿਸ ਤਰ੍ਹਾਂ ਸਮਰਥਨ ਕਰਦੇ, ਕਿਸ ਤਰ੍ਹਾਂ ਪਿਆਰ ਕਰਦੇ? ਪਿਆਰ ਹੈਗਾ ਲੋਕਾਂ ਦੇ ਨਾਲ ਸਾਰੇ, ਜਿੱਥੇ ਲੋਕਾਂ ਦੇ ਉੱਥੇ ਡੇਰੇ ਬਣੇ ਹੋਏ ਆ, ਲੋਕਾਂ ਨੇ ਲੰਗਰ ਲਾਏ, ਮੈਂ ਸਭ ਜਗ੍ਹਾ ਜਾ ਕੇ ਆਉਣਾ। ਇਹ ਲੋਕਾਂ ਦਾ ਇੱਕ ਪਿਆਰ, ਉਹਨੂੰ ਜੋਸ਼ ਦੇ ਵਿੱਚ ਤਬਦੀਲ ਕਰਨਾ। ਮੈਂ ਹਫ਼ਤੇ ਦੇ ਵਿੱਚ ਤਕਰੀਬਨ 2-3 ਦਿਨ ਮੋਰਚੇ 'ਚ ਲਾ ਕੇ ਨੋ ਨੀਡ ਆਫ ਸਟੇਜ, ਮੈਨੂੰ ਨਹੀਂ ਲੋੜ ਸਟੇਜ ਦੀ। ਉਹ ਕਿਸਾਨ ਲੀਡਰ ਦਾ ਲਿਆ ਫੈਸਲਾ ਦਰੁਸਤ ਆ ਕਿ ਇਹ ਨਾਨ ਪੋਲੀਟਿਕਸ ਪ੍ਰੋਗਰਾਮ ਆ, ਪਰ ਅਸੀਂ ਆਪਣੇ ਤੌਰ ਤੇ ਉਸ ਅੰਦੋਲਨ ਨੂੰ ਤਾਕਤਵਰ ਕਰਨ ਲਈ ਕੀ ਕਰ ਸਕਦੇ ਹਾਂ? ਕਿਸੇ ਦੇ ਕਹੇ ਤੇ ਕਾਲੇ ਕਾਨੂੰਨ ਰੱਦ ਨਹੀਂ ਹੋਣੇ, ਕਾਲੇ ਕਾਨੂੰਨ ਰੱਦ ਹੋਣੇ ਆ ਸਿਰਫ ਅੰਦੋਲਨ ਦੀ ਬਦੌਲਤ। ਫਿਰ ਸਾਨੂੰ ਅੰਦੋਲਨ ਤਾਕਤਵਰ ਕਰਨਾ ਚਾਹੀਦਾ, ਸਾਰਿਆਂ ਨੂੰ ਇਹਦੇ ਤੇ ਫੋਕਸ ਕਰਨਾ ਚਾਹੀਦਾ। ਜਦੋਂ ਬਾਕੀ ਪਾਰਟੀਆਂ ਜਾਂਦੀਆਂ ਜਾਂ ਹੋਰ ਕਾਂਗਰਸੀ ਜਾਂਦੀਆਂ ਤੇ ਉਹਨਾਂ ਦੇ ਕਿਉਂ ਨਰਾਜ਼ ਕਿਉਂ ਜਤਾਉਂਦੇ ਆ ਬਾਕੀ ਪਾਰਟੀਆਂ? ਇਹ ਹੁਣ ਲੋਕ ਦੱਸ ਸਕਦੇ ਆ ਜਾਂ ਉਹ ਲੀਡਰ ਦੱਸ ਸਕਦੇ ਆ। ਇਹ ਮੈਂ ਆਪਣਾ ਸਵਾਲ ਦੱਸ ਸਕਦਾ ਵੀ ਮੈਂ ਤਾਂ ਜੂਨ ਮਹੀਨਾ 2020 300 ਕਿਲੋਮੀਟਰ ਦੀ ਸਾਈਕਲ ਯਾਤਰਾ, ਉਦੋਂ ਆਰਡੀਨੈਂਸ ਸੀਗੇ, ਉਦੋਂ ਸਿਰਫ ਆਰਡੀਨੈਂਸ ਸੀ। ਪੰਜਾਬ ਦੇ ਲੋਕਾਂ ਨੂੰ ਬਹੁਤ ਗਿਣਤੀ ਪਤਾ ਨਹੀਂ ਸੀ ਵੀ ਇਹ ਖੇਤੀ ਸੁਧਾਰ ਆਰਡੀਨੈਂਸਾਂ ਨੇ ਭਵਿੱਖ ਦੇ ਵਿੱਚ ਮਾੜਾ ਚੰਗਾ ਅਸਰ ਕੀ ਪਾਉਣਾ। ਬਹੁਤ ਸਾਰੇ ਲੀਡਰ ਮੇਰੇ ਤੇ ਮਖੌਲ ਡਾਉਂਦੇ ਹੋਏ ਤੰਜ ਕੱਸਦੇ ਸੀ ਵੀ ਐਵੇਂ ਸਾਈਕਲਾਂ ਦੀਆਂ ਕਾਠੀਆਂ ਤੋੜੀ ਜਾਂਦੇ। ਯਾਦ ਆ ਤੁਹਾਨੂੰ 2020 ਜੂਨ ਮਹੀਨਾ ਅੱਤ ਦੀ ਗਰਮੀ 5 FIR ਸਾਡੇ ਤੇ ਦਰਜ ਹੁੰਦੇ। ਅੱਜ ਉਹ ਬੀਜਿਆ ਹੋਇਆ ਬੀਜ, ਲੋਕਾਂ ਨੂੰ ਕੀਤੀ ਹੋਈ ਜਾਗਰੂਕ, 10 ਲੱਖ ਪਰਚੇ ਵੰਡੇ ਅਸੀਂ, ਅੱਜ ਉਹ ਦੇਸ਼ ਵਿਆਪੀ ਅੰਦੋਲਨ ਹੈ। ਸੋ ਮੈਂ ਆਪਣੀ ਗੱਲ ਦੱਸ ਸਕਦਾ ਵੀ ਅਸੀਂ ਇਸ ਅੰਦੋਲਨ ਵਾਸਤੇ ਆਖਰੀ ਦਮ ਤੱਕ ਲੜਾਈ ਲੜਾਂਗੇ। ਸੋ ਇਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੋ ਅੱਜ ਆਪਣੀ ਫੈਮਿਲੀ ਦੇ ਨਾਲ, ਆਪਣੇ ਸਮਰਥਕਾਂ ਦੇ ਨਾਲ ਦਿੱਲੀ ਰਵਾਨਾ ਹੋ ਰਹੇ ਨੇ, ਜੋ ਅੱਜ ਰਕੇਸ਼ ਟਕੈਤ ਨੂੰ ਦਿੱਲੀ ਵਿਖੇ ਸਨਮਾਨਿਤ ਕਰਨ ਜਾ ਰਹੇ ਨੇ। ਕੈਮਰਾਮੈਨ ਕਪਿਲ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ। हर खबर की ताज़ा अपडेट के लिए साडे यूट्यूब चैनल को सबसक्राइब करो, फेसबुक चैनल को लाइक और शेयर करो।